ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੇ ਪਿੱਤੇ 'ਚ ਪੱਥਰੀ ਹੋ ਗਈ ਸੀਗੀ ਜਿਹੜੀ ਸਲਿਪ ਕਰਕੇ ਅਗਲੀ ਪਾਈਪ ਚਲੀ ਗਈ ਸੀ, ਜਿਹਨੂੰ ਅਸੀਂ ਆਪਣੀ ਲੈਂਗੁਏਜ 'ਚ ਸੀਬੀਡੀ ਸਟੋਨ ਕਹਿੰਦੇ ਹਾਂ, ਉਹ ਤੁਸੀਂ ਕਢਵਾਉਣ ਦੀ ਕੋਸ਼ਿਸ਼ ਕੀਤੀ ਮੂੰਹ 'ਚੋਂ ਦੂਰਬੀਨ ਪਾ ਕੇ, ਲੇਕਿਨ ਨਹੀਂ ਨਿਕਲ ਪਾਈ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਗਿਆ ਕਿ ਇਹਦਾ ਚੀਰਾ ਦਵਾ ਕੇ ਓਪਰੇਸ਼ਨ ਕਰਾ ਲਓ, ਫਿਰ ਤੁਸੀਂ ਸਾਡੇ ਕੋਲ ਆਏ, ਅਸੀਂ ਓਪਰੇਸ਼ਨ ਸਾਰਾ ਹੀ ਦੂਰਬੀਨ ਨਾਲ ਕਰਤਾ, ਜਿਹੜਾ ਅਗਲੀ ਪਾਈਪ 'ਚ ਸਟੋਨ ਸੀਗਾ ਉਹ ਵੀ ਕੱਢ ਲਿਆ, ਅਤੇ ਪਿੱਤੇ 'ਚ ਪੱਥਰੀ ਪਿੱਤਾ ਵੀ ਦੂਰਬੀਨ ਨਾਲ ਕੱਢ ਲਿਆ। ਹੁਣ ਤੁਸੀਂ 10 ਦਿਨ ਹੋ ਗਏ, ਬਿਲਕੁਲ ਠੀਕ ਠਾਕ ਹੋ, ਇਹਦੇ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ। ਜੀ, ਓਪਰੇਸ਼ਨ ਬਹੁਤ ਵਧੀਆ ਹੋਇਆ ਅਤੇ ਵਧੀਆ ਤਰੀਕੇ ਦੇ ਨਾਲ ਤੁਸੀਂ ਓਪਰੇਸ਼ਨ ਕਰਤਾ ਹੈਗਾ, ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ, ਕਿ ਮੈਂ ਬਿਲਕੁਲ ਠੀਕ ਹਾਂ। ਅਤੇ ਪਹਿਲਾਂ ਕਈ ਜਗ੍ਹਾ ਘੁੰਮੇ ਹਾਂ ਅਤੇ ਕਿਸੇ ਨੇ ਮਤਲਬ ਇਹਨਾਂ ਨੇ ਸਾਨੂੰ ਜਵਾਬ ਦਿੰਦੇ ਨੇ ਵੀ ਆਹ ਦੇ ਤੁਹਾਡੇ ਅੰਦਰ ਪ੍ਰੋਬਲਮ ਆ ਗਿਆ, ਓਪਰੇਸ਼ਨ ਨਹੀਂ ਹੋ ਸਕਦਾ, ਅਸੀਂ 4 ਮਹੀਨੇ ਖਜੋ ਖਰਾਬ ਹੁੰਦੇ ਰਹੇ। ਅਤੇ ਫਿਰ ਅਸੀਂ ਤੁਹਾਡੇ ਕੋਲ ਆਏ ਅਤੇ ਤੁਸੀਂ ਸਾਨੂੰ ਤਸੱਲੀ ਦਿੱਤੀ ਕਿ ਠੀਕ ਆ, ਅਸੀਂ ਓਪਰੇਸ਼ਨ ਕਰਾਇਆ। ਅਤੇ ਫਿਰ 10 ਦਿਨ ਤੁਸੀਂ ਦਵਾਈ ਲੈ ਕੇ ਦਿੱਤੀ ਤਾਂ ਉਹ ਖਾਧੀ ਅਤੇ ਉਹਦੇ ਨਾਲ ਮੈਂ ਅੰਦਰੋਂ ਜਿਹੜਾ ਠੀਕ ਹੋ ਗਿਆ ਅਤੇ ਤੁਸੀਂ ਓਪਰੇਸ਼ਨ ਕੀਤਾ, ਬਹੁਤ ਵਧੀਆ। ਇਹੀ ਓਪਰੇਸ਼ਨ ਜਿਹੜਾ ਇਹ ਚੀਰੇ ਨਾਲ ਵੀ ਕਰ ਸਕਦੇ ਹਾਂ ਅਤੇ ਦੂਰਬੀਨ ਨਾਲ ਹੋ ਗਿਆ, ਕੁਛ ਫਰਕ ਤੁਹਾਨੂੰ ਲੱਗਦਾ ਤੁਹਾਡੇ ਘਰ 'ਚ ਕਈਆਂ ਦਾ ਚੀਰੇ ਨਾਲ ਵੀ ਓਪਰੇਸ਼ਨ ਹੋਇਆ ਹੋਣਾ? ਦੇਖੋ ਜੀ, ਹੋਏ, ਲੇਕਿਨ ਉਹ ਚੀਰੇ ਵਾਲਾ ਓਪਰੇਸ਼ਨ ਫਿਰ ਕਈ ਦਿਨ ਫਿਰ ਉਹ ਸਾਨੂੰ ਜ਼ਿਆਦਾ ਪ੍ਰੋਬਲਮ ਆਉਣੀ ਸੀਗੀ ਅਤੇ ਬੈੱਡ ਰੈਸਟ ਚਾਹੀਦੀ ਸੀ ਉਹਨੂੰ ਜ਼ਿਆਦਾ, ਅਤੇ ਮੈਂ ਇਸ ਵੇਲੇ ਚੱਲ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਬਿਲਕੁਲ ਠੀਕ। ਹੁਣ ਅੱਜਕੱਲ੍ਹ ਮਾੜੀ ਵੀ ਪ੍ਰੋਬਲਮ ਨਹੀਂ ਮੈਨੂੰ, ਮੈਂ ਬਿਲਕੁਲ ਇਸ ਵੇਲੇ ਠੀਕ ਹਾਂ, 10 ਦਿਨ ਦੇ ਵਿੱਚ ਮੈਂ ਠੀਕ ਹੋ ਗਿਆ। ਜੇ ਤੁਸੀਂ ਚੀਰੇ ਨਾਲ ਕਰਦੇ ਤਾਂ ਫਿਰ ਮੈਂ ਤਾਂ 2 ਮਹੀਨੇ ਦਾ ਹੀ ਰੈਸਟ ਕਰਨੀ ਪੈਣੀ ਸੀ ਮੈਨੂੰ। ਚਲੋ 2 ਮਹੀਨੇ ਤਾਂ ਰਹੇ, ਲੇਕਿਨ ਰੈਸਟ ਥੋੜ੍ਹੀ ਜ਼ਿਆਦਾ ਕਰਨੀ ਪੈਂਦੀ। ਹਾਂਜੀ, ਅਤੇ ਹੋਰ ਕਿਸੇ ਨੇ ਕਰਵਾਉਣਾ ਹੋਵੇ, ਹੁਣ ਤੁਹਾਨੂੰ ਕੀ ਲੱਗਦਾ ਤੁਹਾਡਾ ਚੀਰੇ ਨਾਲ ਹੋ ਗਿਆ, ਦੂਰਬੀਨ ਨਾਲ ਹੋ ਗਿਆ? ਅਤੇ ਦੇਖੋ ਜੀ, ਅਸੀਂ ਤਾਂ ਦੂਸਰੇ ਨੂੰ ਵੀ ਇਹੋ ਸਲਾਹ ਦਿਆਂਗੇ ਕਿ ਉਹ ਤੁਹਾਡੇ ਕੋਲ ਆਵੇਗੇ, ਇਹਨੇ ਮਤਲਬ ਪ੍ਰੋਬਲਮ ਨਹੀਂ ਕਿ ਪੈਸੇ ਵੀ ਘੱਟ ਲੱਗਦੇ ਆ ਅਤੇ ਓਪਰੇਸ਼ਨ ਵੀ ਵਧੀਆ ਹੋ ਜਾਂਦਾ, ਅਤੇ ਮਰੀਜ਼ ਨੂੰ ਇਸ ਚੀਜ਼ ਦੀ ਕਾਫੀ ਸਹੂਲਤ ਮਿਲਦੀ ਆ ਕਿ ਉਹਨੇ ਕੋਈ ਕੰਮ ਕਰਨ ਵਾਲਾ ਬੰਦਾ ਆ, ਕਿਤੇ ਕੰਮ ਵੀ ਕਰਨਾ, ਅਤੇ ਉਹ ਜ਼ਿਆਦਾ ਰੈਸਟ ਕਰੂਗਾ ਅਤੇ ਫਿਰ ਖਰਚਾ ਵੀ ਜ਼ਿਆਦਾ ਅਤੇ ਗਰੀਬ ਆਦਮੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਮੈਂ ਕਰਦਾ। ਥੈਂਕ ਯੂ।